ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ, ਜਿਨ੍ਹਾਂ ਨੂੰ ਕਿੰਗ ਖਾਨ ਵਜੋਂ ਵੀ ਜਾਣਿਆ ਜਾਂਦਾ, ਦੇਸ਼ ਹੀ ਨਹੀਂ ਵਿਦੇਸ਼ ਵਿੱਚ ਵੀ ਉਹਨਾਂ ਦੇ ਚਾਹਣ ਵਾਲੇ ਮੌਜੂਦ ਨੇ। ਬਾਲੀਵੁੱਡ ਦੇ ਸਭ ਤੋਂ ਅਮੀਰ ਅਭਿਨੇਤਾ ਹੋਣ ਤੋਂ ਇਲਾਵਾ ਸਭ ਤੋਂ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਹੈ। ਸ਼ਾਹਰੁਖ ਖਾਨ ਨੇ ਬਾਲੀਵੁੱਡ ਦੀਆਂ ਕਈ ਮਹਾਨ ਫਿਲਮਾਂ 'ਚ ਕੰਮ ਕੀਤਾ ਹੈ ਤੇ ਇਹ ਸਫ਼ਰ 32 ਸਾਲਾਂ ਤੋਂ ਚੱਲ ਰਿਹਾ। ਸ਼ਾਹਰੁਖ ਖਾਨ ਦੇ ਨਾਲ ਨਾਲ ਉਹਨਾਂ ਦਾ ਪਰਿਵਾਰ ਵੀ ਕਾਫੀ ਸੁਰਖੀਆਂ ਵਿੱਚ ਰਹਿੰਦਾ ਹੈ। ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਕਾਫੀ ਮਸ਼ਹੂਰ ਹੈ ਇੰਟੀਰੀਅਰ ਡਿਜ਼ਾਈਨਰ ਹੋਣ ਦੇ ਨਾਲ ਉਹ ਫਿਲਮ ਨਿਰਮਾਤਾ ਵੀ ਹੈ। ਗੌਰੀ ਖਾਨ ਨੇ ਸਾਲ 1991 ਵਿੱਚ ਸ਼ਾਹਰੁਖ ਖਾਨ ਨਾਲ ਵਿਆਹ ਕੀਤਾ ਸੀ, ਪਰ ਵਿਆਹ ਦੀ ਪਹਿਲੀ ਰਾਤ ਹੀ ਸ਼ਾਹਰੁਖ ਖਾਨ ਆਪਣੀ ਪਤਨੀ ਨੂੰ ਮੱਛਰਾਂ ਨਾਲ ਭਰੇ ਕਮਰੇ ਵਿੱਚ ਛੱਡ ਗਏ ਸਨ। ਅੱਧੀ ਰਾਤ ਨੂੰ ਜਦੋਂ ਵਾਪਸ ਆਏ ਤਾਂ ਗੌਰੀ ਉਹਨਾਂ ਨੂੰ ਦੇਖ ਕੇ ਰੋਣ ਲੱਗ ਪਈ। ਆਓ ਤੁਹਾਨੂੰ ਦੱਸਦੇ ਹਾਂ ਇਹਨਾਂ ਦੀ ਪਿਆਰ ਭਰੀ ਦਿਲਚਸਪ ਕਹਾਣੀ ਬਾਰੇ। ਜਦੋਂ ਸ਼ਾਹਰੁਖ ਖਾਨ ਨੇ ਗੌਰੀ ਖਾਨ ਨਾਲ ਵਿਆਹ ਕੀਤਾ ਸੀ ਤਾਂ ਬਾਲੀਵੁੱਡ ਵਿੱਚ ਉਹਨਾਂ ਦਾ ਸ਼ੁਰੂਆਤੀ ਦੌਰ ਸੀ। ਉਸ ਸਮੇਂ ਉਹ ਸੰਘਰਸ਼ ਕਰ ਰਹੇ ਸਨ ਤੇ ਫਿਲਮ ਦਿਲ ਆਸ਼ਨਾ ਹੈ ਦੀ ਸ਼ੂਟਿੰਗ 'ਚ ਰੁੱਝੇ ਹੋਏ ਸਨ। ਇਸ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਹੇਮਾ ਮਾਲਨੀ ਸੀ। ਦੱਸ ਦਈਏ ਕਿ ਸ਼ਾਹਰੁਖ ਖਾਨ ਤੇ ਗੌਰੀ ਦਾ ਵਿਆਹ ਮੁੰਬਈ ਤੋਂ ਬਾਹਰ ਹੋਇਆ ਸੀ। ਸ਼ਾਹਰੁਖ ਉਹਨਾਂ ਦਿਨਾਂ 'ਚ ਮੁੰਬਈ ਦੇ ਇੱਕ ਫਲੈਟ ਵਿੱਚ ਰਹਿੰਦੇ ਸਨ, ਪਰ ਸ਼ਾਹਰੁਖ ਦੇ ਦੋਸਤ ਨੇ ਉਹਨਾਂ ਨੂੰ ਇੱਕ ਹੋਟਲ ਵਿੱਚ ਕਮਰਾ ਬੁੱਕ ਕਰਵਾਇਆ ਸੀ। ਜਦੋਂ ਗੌਰੀ ਤੇ ਸ਼ਾਹਰੁਖ ਖਾਨ ਵਿਆਹ ਕਰਵਾ ਕੇ ਵਾਪਸ ਆਏ ਤੇ ਸ਼ਾਹਰੁਖ ਨੇ ਸੋਚਿਆ ਕਿ ਉਹ ਹੇਮਾ ਮਾਲਨੀ ਨੂੰ ਦੱਸ ਦੇਵੇ ਕਿ ਉਹ ਮੁੰਬਈ ਆ ਗਿਆ। ਜਦੋਂ ਇਹ ਖ਼ਬਰ ਹੇਮਾ ਮਾਲਨੀ ਨੂੰ ਦਿੱਤੀ ਗਈ ਤਾਂ ਹੇਮਾ ਮਾਲਨੀ ਨੇ ਉਹਨਾਂ ਨੂੰ ਤੁਰੰਤ ਸੈੱਟ ਤੇ ਆਉਣ ਲਈ ਕਿਹਾ ਸੀ। ਸ਼ਾਹਰੁਖ ਆਪਣੀ ਪਤਨੀ ਗੌਰੀ ਨਾਲ ਸੈੱਟ ਤੇ ਪਹੁੰਚੇ। ਹਾਲਾਂਕਿ ਹੇਮਾ ਮਾਲਨੀ ਸੈੱਟ ਤੇ ਮੌਜੂਦ ਨਹੀਂ ਸੀ, ਪਰ ਕਾਫੀ ਦੇਰ ਤੱਕ ਹੇਮਾ ਮਾਲਨੀ ਦਾ ਇੰਤਜ਼ਾਰ ਕੀਤਾ ਤਾਂ ਉਹ ਨਹੀਂ ਆਏ। ਫਿਰ ਐਕਟਰ ਨੇ ਆਪਣੀ ਪਤਨੀ ਨੂੰ ਮੇਕਅਪ ਰੂਮ ਵਿੱਚ ਬਿਠਾਇਆ। ਉਦੋਂ ਰਾਤ ਦੇ 11 ਵੱਜ ਚੁੱਕੇ ਸਨ, ਪਰ ਇਸ ਤੋਂ ਬਾਅਦ ਸ਼ਾਹਰੁਖ ਖਾਨ 2 ਵਜੇ ਵਾਪਸ ਪਰਤੇ। ਸ਼ਾਹਰੁਖ ਖਾਨ ਨੇ ਦੇਖਿਆ ਕਿ ਭਾਰੀ ਗਹਿਣੇ ਤੇ ਮੇਕਅਪ ਪਹਿਨੀ ਹੋਈ ਉਹਨਾਂ ਦੀ ਪਤਨੀ ਲੋਹੇ ਦੀ ਕੁਰਸੀ ਤੇ ਬੈਠ ਕੇ ਸੋ ਗਈ ਸੀ। ਆਪਣੀ ਵਿਆਹ ਦੀ ਰਾਤ ਦੀ ਕਹਾਣੀ ਸੁਣਾਉਂਦੇ ਹੋਏ ਸ਼ਾਹਰੁਖ ਖਾਨ ਨੇ ਕਿਹਾ ਸੀ ਕਿ ਮੈਨੂੰ ਇਸ ਫੈਸਲੇ ਤੇ ਉਸ ਦਿਨ ਰੋਣ ਆਇਆ ਸੀ। ਇਹ ਗੌਰੀ ਦੇ ਵਿਆਹ ਦੀ ਰਾਤ ਸੀ ਜਿਸਦੀ ਉਡੀਕ ਮੱਛਰਾਂ ਨਾਲ ਭਰੇ ਹੋਏ ਕਮਰੇ ਵਿੱਚ ਕੀਤੀ ਗਈ ਸੀ। ਮੈਂ ਗੌਰੀ ਨੂੰ ਉਠਾਇਆ ਤੇ ਉਸ ਨੂੰ ਕੁਝ ਨਾ ਕਿਹਾ। ਉਸਨੇ ਮੈਨੂੰ ਕੁਝ ਨਹੀਂ ਪੁੱਛਿਆ। ਇਸ ਤੋਂ ਬਾਅਦ ਅਸੀਂ ਚੁੱਪਚਾਪ ਟੈਕਸੀ ਰਾਹੀਂ ਹੋਟਲ ਵਾਪਸ ਆ ਗਏ। ਮੇਰੇ ਲਈ ਉਹ ਸੰਘਰਸ਼ ਦੇ ਦਿਨ ਸਨ, ਪਰ ਉਸ ਰਾਤ ਨੇ ਮੇਰੀ ਜ਼ਿੰਦਗੀ ਵਿੱਚ ਵੱਡੀ ਭੂਮਿਕਾ ਨਿਭਾਈ ਸੀ।